ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਆਨੰਦਪੁਰ ਸਾਹਿਬ ਤੋਂ ਰੋਡ ਆਉਂਦਾ, ਇਹ ਗੜਸ਼ੰਕਰ ਨੂੰ ਜਾਂਦਾ, ਜਲੰਧਰ ਅੰਮ੍ਰਿਤਸਰ। ਪੰਜਾਬ ਦਾ 60% ਇਹ ਪੁਲ ਪੰਜਾਬ ਨੂੰ ਆਨੰਦਪੁਰ ਸਾਹਿਬ ਨਾਲ ਜੋੜਦਾ। ਪਾਣੀ ਭਾਖੜੇ ਤੋਂ ਬਹੁਤ ਵੱਡੀ ਮਾਤਰਾ 'ਚ ਛੱਡਿਆ, 4 ਫਲੱਡ ਗੇਟ ਖੋਲ੍ਹੇ ਪਏ ਆ। ਪਾਣੀ ਤਬਾਹੀ ਦੇਖੋ ਕਿੱਦਾਂ ਕਰਦਾ ਆਉਂਦਾ। ਆਹ ਬੰਨ ਦੇ ਨਾਲ ਲੱਗ ਗਿਆ, ਇਹ 20 ਫੁੱਟ ਡਾਊਨ ਹੈ ਥੱਲੇ ਨੂੰ, ਖੜਾ 20 ਫੁੱਟ ਪਾਣੀ ਚੱਲਦਾ ਹੋਣਾ ਇੱਥੇ, ਜਿਹਦਾ ਕੋਈ ਹਿਸਾਬ ਨਹੀਂ ਹੈਗਾ, ਲਿਮਿਟ ਨਹੀਂ ਪਾਣੀ ਦੀ। ਇਸ ਕਰਕੇ ਉਹ ਦੇਖੋ ਕਿੱਦਾਂ ਗਿਰਦਾ, ਉਹ ਦੇਖੋ ਕਿੱਦਾਂ ਗਿਰਿਆ ਨਾ, ਇਹ ਹੌਲੀ ਹੌਲੀ ਨਾ ਬੰਨ ਦੇ ਨਾਲ ਲੱਗਣਾ। ਮੈਨੂੰ ਡਰ ਲੱਗਦਾ ਵੀ ਕਿਤੇ ਬੰਨ ਨਾ ਖੁਰ ਜਾਵਾ। ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਪਰ। ਉਹ ਨਾਲ ਨਾਲ ਸਾਰੀ ਮਿੱਟੀ ਖੁਰ ਗਈ, ਇਹ ਇੱਥਾ ਤਾਂ ਵੀਰੇ, ਇੱਥੇ ਤਾਂ ਜੀ ਇਹ ਚੀਜ਼ ਇੱਥਾ ਦੀ, ਇਹ ਇੱਥਾ ਪੁੱਜ ਗਈ ਅਤੇ ਆਹ ਬੰਨ ਹੈ ਜੀ ਵੀਰੇ, ਆਹ ਬੰਨ ਹੈ। ਪਾਣੀ ਥੱਲਾ ਚੱਲਦਾ, ਬੰਨ ਉੱਪਰ ਹੈ। ਇਹ ਥੱਲੋਂ ਕੱਢ ਦੇਣੀ ਨਾ, ਇਹਨਾਂ ਥੱਲੋਂ ਮਿੱਟੀ ਕੱਢ ਕੇ ਨਾ ਬੰਨ ਲੈ ਲੈਣਾ। ਇਸ ਕਰਕੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ, ਬਾਅਦ ਵਿੱਚ ਪਛਤਾਏ ਤਾਂ ਕਿਆ ਪਛਤਾਏ, ਹੁਣੇ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਹੱਲ ਕਰਨਾ ਚਾਹੀਦਾ। ਇਹ ਉੱਥੋਂ ਨਾ ਮੋੜ ਪੈ ਗਿਆ ਇੱਧਰ ਨੂੰ ਸਾਈਡ ਨੂੰ, ਇਹ ਜੇ ਇੱਦਾਂ ਸਿੱਧਾ ਜਾਂਦਾ ਤਾਂ ਗੱਲ ਹੋਰ ਸੀ। ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਹੈ। ਬਸ ਮੈਂ ਤਾਂ ਵਾਰ ਵਾਰ ਕਹਿੰਦਾ ਬਈ ਆਹ ਜਿਹੜੀ ਚੀਜ਼ ਹੈ ਇਹ ਖੁਰਦੀ ਜਾਂਦੀ ਹੈ, ਆਹ ਬੰਨ ਆ ਰਹਿ ਗਿਆ ਕੋਲ ਹੈ, ਇਹ 60-70% ਪੰਜਾਬ ਨੂੰ ਜੋੜਦਾ, ਅਤੇ ਉਹੀ ਗੱਲ ਨਾ ਹੋ ਜਾਵਾ ਕਿਤੇ ਨੁਕਸਾਨ ਹੋ ਜਾਵਾ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ, ਕਰ ਦਿਓ ਸ਼ਿਓਰ, ਜਿਹੜੇ ਸਤਲੁਜ ਦੇ ਕੰਢੇ ਲੋਕ ਬੈਠੇ ਆ ਉਹ ਸਾਵਧਾਨ ਹੋ ਜਾਣ, ਪਾਣੀ ਬਹੁਤ ਮਾਤਰਾ ਦੇ ਵਿੱਚ ਆ ਰਿਹਾ ਆਨੰਦਪੁਰ ਸਾਹਿਬ।